पहली पातशाही श्री गुरु नानक देव जी के प्रकाश पर्व समापत पिंड मठड्डा कलां दे विच खूनदान कैंप लगाया गया। खूनदानिया ने अचानक खूनदान किया। कैमरा संगना डिंपल की रिपोर्ट। नेगी साहब आए ने दूरदर्शन के कवर चले गए अज। ਕਬੀਰ ਆਪ ਵੀ ਜਿਹੜਾ ਬਲੱਡ ਡੋਨੇਟ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ 'ਤੇ ਮਠੱਡਾ ਕਲਾਂ ਦੇ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ, ਜਿਹੜਾ ਕਿ ਕਿਸਾਨ ਭਾਈਆਂ ਦੇ ਵੀ ਜਿਹੜਾ ਕਿ ਉਹਨਾਂ ਦੇ ਹੱਕ ਦੇ ਵਿੱਚ ਵੀ ਇਹ ਖੂਨ ਕੈਂਪ ਲਗਾਇਆ ਗਿਆ ਵਾ। ਅਤੇ ਬੜੀ ਖੁਸ਼ੀ ਵਾਲੀ ਗੱਲ ਆ ਕਿ ਜਿਹੜਾ ਅੱਜ ਦਾ ਜਿਹੜਾ ਮਾਹੌਲ ਚੱਲਦਾ ਪਿਆ ਕਿਸਾਨਾਂ ਦਾ ਚੱਲ ਰਿਹਾ, ਜਿਹੜਾ ਕਿ ਕਿਸਾਨਾਂ ਦੀਆਂ ਤੰਗੀਆਂ ਪਰੇਸ਼ਾਨੀਆਂ ਨੂੰ ਲੈ ਕੇ ਮੈਂ ਸਾਰੇ ਵੀਰ ਭੈਣ ਭਰਾਵਾਂ ਅੱਗੇ ਬੇਨਤੀ ਕਰਦਾ, ਆਓ ਸਾਰੇ ਰਲ ਕੇ ਕਿਸਾਨਾਂ ਦਾ ਆਪਾਂ ਸਾਰੇ ਵੀਰ ਵੱਧ ਚੜ੍ਹ ਕੇ ਸਾਥ ਦਈਏ ਤਾਂ ਕਿ ਕਿਸਾਨ ਵੀਰਾਂ ਨੂੰ ਹੋਰ ਵੀ ਵੱਧ ਤੋਂ ਵੱਧ ਤਾਕਤ ਮਿਲ ਸਕੇ। ਉਹ ਤਾਕਤ ਤਦੀ ਮਿਲ ਸਕਦੀ ਹਰ ਪਿੰਡ ਦੇ ਵਿੱਚੋਂ ਆਪਾਂ ਸਾਰੇ ਵੀਰ ਰਲ ਕੇ। ਆਪਾਂ ਹੁਣ ਜਿਹੜਾ ਇਹ ਮੁੱਦਾ ਨਾ ਕਿਸਾਨਾਂ ਦਾ, ਇਹ ਮੁੱਦਾ ਹੋ ਚੁੱਕਾ ਕਿ ਇਹ ਪੂਰੇ ਪੰਜਾਬ ਦੀ ਇੱਜ਼ਤ ਆ। ਇਸ ਕਰਕੇ ਮੈਂ ਸਾਰੇ ਯੰਗ ਵੀਰਾਂ ਨੂੰ, ਜਿੰਨੀਆਂ ਭੈਣਾਂ ਵਾਂ ਯੰਗਸਟਰ, ਉਹਨਾਂ ਨੂੰ ਕਹਿਣਾ ਚਾਹੁੰਦਾ ਵੱਧ ਚੜ੍ਹ ਕੇ ਬਹੁਤ ਜ਼ਿਆਦਾ ਕਿਸਾਨਾਂ ਦਾ ਸਾਥ ਦਿਓ। ਫਾਈਨੈਂਸ਼ਲੀ ਵੀ ਸਾਥ ਦਿਓ, ਤਾਕਤ 'ਚ ਵੀ ਸਾਥ ਦਿਓ, ਉੱਦਾਂ ਵੀ ਸਾਥ ਦਿਓ। ਬਾਕੀ ਮਠੱਡਾ ਕਲਾਂ ਜਿੰਨੀ ਵੀ ਇਹ ਪੰਚਾਇਤ ਆ, ਜਿਨ੍ਹਾਂ ਨੇ ਬਲੱਡ ਕੈਂਪ ਲਗਾਇਆ, ਇਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ। ਕਿਉਂਕਿ ਇਹ ਬਲੱਡ ਕੈਂਪ ਇਹਨਾਂ ਨੇ ਤਾਂ ਲਗਾਇਆ ਕਿ ਜਿਹੜੇ ਕਿ ਨਸ਼ਿਆਂ ਤੋਂ ਰਹਿਤ ਰਹਿਣ, ਮੁੰਡੇ ਸਪੋਰਟਸ 'ਚ ਧਿਆਨ ਦੇਣ ਔਰ ਵੱਧ ਚੜ੍ਹ ਕੇ ਆਪਣੀ ਸਿਹਤਾਂ ਦਾ ਧਿਆਨ ਰੱਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਿੰਡ ਮਠੱਡਾ ਕਲਾਂ ਵਿਖੇ ਗਰਾਇਆ ਬਲੱਡ ਸੇਵਾ ਸੁਸਾਇਟੀ ਵੱਲੋਂ ਅਤੇ ਜੌਲ ਜਿਹੜਾ ਮਲਟੀ ਸਪੈਸ਼ਲਿਟੀ ਹਸਪਤਾਲ ਆ ਉਹਨਾਂ ਦੀ ਬਲੱਡ ਬੈਂਕ ਦੀ ਸਹਾਇਤਾ ਦੇ ਨਾਲ ਪਿੰਡ ਦੇ ਵਿੱਚ ਇਹ ਜਿਹੜਾ ਤੀਜਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ। ਇਹ ਖੂਨਦਾਨ ਕੈਂਪ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਕੱਲ੍ਹ ਨੂੰ ਪ੍ਰਕਾਸ਼ ਉਤਸਵ ਆ, ਉਹਦੀ ਯਾਦ ਵਿੱਚ ਜਿਹੜੇ ਕਿਸਾਨ ਸਾਰੇ ਦੇਸ਼ ਵਿੱਚ ਸੰਘਰਸ਼ ਕਰ ਰਹੇ ਆ ਉਹਨਾਂ ਨਾਲ ਸਾਡਾ ਸੰਕਲਪ ਇਹ ਆ ਵੀ ਅਸੀਂ ਸ਼ਾਂਤੀ ਦੇ ਸਮੇਂ ਜੇ ਆਪਣੇ ਖੂਨ ਦੇ ਕੇ ਕੀਮਤੀ ਜਾਨਾਂ ਬਚਾ ਸਕਦੇ ਹਾਂ। ਅਤੇ ਪੰਜਾਬ ਮੁੱਢ ਕਦੀਮ ਤੋਂ ਇੱਦਾਂ ਹੀ ਕਰਦਾ ਆਇਆ, ਜਦੋਂ ਵੀ ਦੇਸ਼ ਨੂੰ ਲੋੜ ਪਈ ਆ ਪੰਜਾਬ ਨੇ ਸਭ ਤੋਂ ਵੱਧ ਕੁਰਬਾਨੀਆਂ ਦੇਸ਼ ਵਾਸਤੇ ਦਿੱਤੀਆਂ ਆ। ਅਤੇ ਅਸੀਂ ਸਰਕਾਰ ਤੱਕ ਇਹ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ ਕਿ ਅਸੀਂ ਬਹੁਤ ਹੀ ਇੱਕ ਸ਼ਾਂਤੀ ਪਸੰਦ ਆਦਰਸ਼ ਨਾਗਰਿਕ ਹਾਂ ਇਸ ਦੇਸ਼ ਦੇ, ਜਿਹੜੇ ਕਿ ਆਪਣੇ ਦੇਸ਼ ਨੂੰ, ਕੌਮ ਨੂੰ, ਸਮਾਜ ਨੂੰ, ਕਿਸਾਨੀ ਨੂੰ, ਆਮ ਲੋਕਾਂ ਨੂੰ, ਸਭ ਨੂੰ ਬਹੁਤ ਪਿਆਰ ਕਰਦੇ ਹਾਂ। ਜੇ ਅਸੀਂ ਇਸ ਸ਼ਾਂਤੀ ਦੇ ਸਮੇਂ ਆਪਣਾ ਖੂਨ ਦੇ ਸਕਦੇ ਹਾਂ ਅਤੇ ਜੇ ਸਾਡੀ ਕੌਮ 'ਤੇ ਭਾਰੀ ਪਊਗੀ ਤਾਂ ਅਸੀਂ ਜਾਨਾਂ ਵੀ ਦੇ ਸਕਦੇ ਹਾਂ। ਕਰਕੇ ਸਾਡੇ ਜਿਹੜੇ ਆਦਰਸ਼ ਨੇ ਸਰਦਾਰ ਭਗਤ ਸਿੰਘ ਜੀ, ਕਰਤਾਰ ਸਿੰਘ ਸਰਾਭਾ ਜੀ, ਉਹਨਾਂ ਨੇ ਹੱਸ ਹੱਸ ਕੇ ਫਾਂਸੀ ਦੇ ਜਿਹੜੇ ਫੰਦੇ ਚੁੰਮੇ ਆ ਉਹਨਾਂ ਨੇ ਸਾਨੂੰ ਇਹੀ ਸੁਨੇਹਾ ਦਿੱਤਾ ਹੈ ਕਿ ਜਦੋਂ ਵੀ ਕੌਮ 'ਤੇ ਭੀੜ ਬਣਨੀ ਆ, ਆਪਣੇ ਲੋਕਾਂ 'ਤੇ ਭੀੜ ਬਣਨੀ ਆ, ਉਦੋਂ ਤਕੜੇ ਹੋ ਕੇ ਖੜ੍ਹੇ ਹੋਣਾ ਹੈ ਅਤੇ ਅਸੀਂ ਉਹਨਾਂ ਦੇ ਪੈਰੋਕਾਰ ਹਾਂ, ਉਹ ਸਾਡੇ ਆਦਰਸ਼ ਨੇ। ਅਤੇ ਔਖੇ ਸਮੇਂ ਅਸੀਂ ਆਪਣੀ ਜਿਹੜੀ ਕੌਮ ਆ, ਆਪਣੇ ਜਿਹੜੇ ਨਾਗਰਿਕ ਆ, ਦੇਸ਼ ਦੇ ਆਮ ਲੋਕ ਆ, ਉਹਨਾਂ ਦੇ ਨਾਲ ਖੜਾਂਗੇ। ਅਤੇ ਆਪਾਂ ਪੰਜਾਬ ਨਾਂ ਦੀਆਂ ਫਿਲਮਾਂ ਬਣਦੀਆਂ, ਨਸ਼ਿਆਂ ਦੇ ਵਿੱਚ ਆਪਾਂ ਨੂੰ ਗਲਤਾਨ ਦੱਸਿਆ ਜਾਂਦਾ ਸੀ ਵੀ ਪੰਜਾਬ ਦੇ ਜਿਹੜੇ ਨੌਜਵਾਨ ਆ ਉਹ ਨਸ਼ਿਆਂ ਦੇ ਵਿੱਚ ਗਰਕ ਚੁੱਕੇ ਆ, ਡੁੱਬ ਚੁੱਕੇ ਆ। ਉਹਨਾਂ ਦੀਆਂ ਆਪਾਂ ਅੱਖਾਂ ਖੁੱਲ੍ਹੀਏ ਬਾਹਰਲੇ ਲੋਕਾਂ ਦੀਆਂ ਕਿ ਜਿਹੜਾ ਪੰਜਾਬ ਦਾ ਨੌਜਵਾਨ ਆ ਉਹ ਸਿਹਤ ਪੱਖੋਂ ਬਹੁਤ ਸਿਹਤਮੰਦ ਆ। ਸਾਡੇ ਖਾਸ ਤੌਰ 'ਤੇ ਸਾਡੇ ਵਿੱਚ ਬੌਬੀ ਭਾਜੀ ਜੀ, ਬੌਬੀ ਵਰਮਾ ਜੀ ਅਰਦਾਸ ਵੈਲਫੇਅਰ ਦੇ ਨਾਲ ਜੁੜੇ ਹੋਏ ਨੇ, ਬਹੁਤ ਹੀ ਚੰਗਾ ਉਪਰਾਲਾ ਕਰਦੇ ਆ, ਲੋੜਵੰਦਾਂ ਦੀ ਮਦਦ ਕਰਦੇ ਆ। ਹੈਪੀ ਭਾਜੀ ਹੁਣੀ ਆਏ ਹੋਏ ਨੇ ਗ੍ਰਹਿਆਂ ਤੋਂ, ਇਹ ਵੀ ਸਮਾਜਿਕ ਭਲਾਈ ਦੇ ਬਹੁਤ ਨੇਕ ਕਾਰਜ ਕਰਦੇ ਆ। ਇੱਦਾਂ ਦੇ ਜਿਹੜੇ ਚੰਗੇ ਲੋਕ ਨੇ ਇਹ ਸਾਡੇ ਆਦਰਸ਼ ਨੇ, ਇਹਨਾਂ ਤੋਂ ਸੇਧ ਲੈ ਕੇ ਪੰਜਾਬ ਦਾ ਜਿਹੜਾ ਨੌਜਵਾਨ ਆ ਉਹ ਜਿੱਦਾਂ ਪਹਿਲਾਂ ਦੇਸ਼ ਲਈ ਕੁਰਬਾਨੀਆਂ ਕਰਨ ਨੂੰ ਤਿਆਰ ਬੈਠਾ ਸੀ, ਸਿਹਤਮੰਦ ਬੈਠਾ ਸੀ, ਅੱਜ ਵੀ ਉਹ ਜਿਹੜਾ ਸਾਡੇ ਦੇਸ਼ ਦਾ ਨੌਜਵਾਨ ਆ ਉਹ ਪੂਰਾ ਸਿਹਤਮੰਦ ਆ। ਅਤੇ ਆਪਣੇ ਦੇਸ਼ ਪ੍ਰਤੀ ਜਿਹੜੇ ਫਰਜ਼ ਆ ਉਹਨਾਂ ਨੂੰ ਉਹ ਬਹੁਤ ਸਮਝਦਾਰੀ ਨਾਲ ਸਮਝਦਾ ਕਿ ਸਾਡੇ ਦੇਸ਼ ਪ੍ਰਤੀ ਕੀ ਫਰਜ਼ ਆ ਅਤੇ ਉਹ ਫਰਜ਼ਾਂ ਦੀ ਪੂਰਤੀ ਸਮੇਂ ਸਿਰ ਕਰਦਾ ਰਹੂਗਾ। ਇਹਨਾਂ ਸ਼ਬਦਾਂ ਦੇ ਨਾਲ ਮੈਂ ਆਇਆ ਸਾਰੇ ਹੀ ਲੋਕਾਂ ਦਾ ਧੰਨਵਾਦ ਕਰਦਾ ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਡੋਨੀ ਸੱਜਣ ਨੇ, ਦਾਨੀ ਸੱਜਣ ਨੇ, ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ। ਵਾਹ। ਅੱਜ ਮੈਂ ਰਜਿੰਦਰ ਸੰਧੂ, ਕੌਮੀ ਪ੍ਰਧਾਨ ਏਕ ਨੂਰ ਇੰਟਰਨੈਸ਼ਨਲ ਵੈਲਫੇਅਰ ਔਰਗਨਾਈਜੇਸ਼ਨ ਵੱਲੋਂ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਉਤਸਵ ਉੱਤੇ ਪਿੰਡ ਮਠੱਡਾ ਕਲਾਂ ਦੇ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ, ਉਹਦੇ ਵਿੱਚ ਅਸੀਂ ਸਾਰੀ ਆਪਣੀ ਸੰਸਥਾ ਨੂੰ ਇੱਕ ਰੀਪ੍ਰਜੈਂਟੇਸ਼ਨ ਕੀਤਾ ਗਿਆ ਆ, ਅਸੀਂ ਇਹ 'ਚ ਸ਼ਮੂਲੀਅਤ ਕੀਤੀ ਆ, ਖੂਨਦਾਨ ਕੀਤਾ ਆ। ਅਸੀਂ ਕੁੱਲ ਦੁਨੀਆ ਦੇ ਉੱਤੇ ਇੱਕ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਖੂਨਦਾਨ ਜਿਹੜਾ ਦਾਨ ਆ ਇਸ ਸੰਸਾਰ ਦਾ ਸਭ ਤੋਂ ਉੱਤਮ ਦਾਨ ਹੈ। ਅਤੇ ਇਸ ਦੇ ਨਾਲ ਹੀ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮਦਿਨ ਦਿਵਸ ਦੇ ਉੱਤੇ ਸਾਰੇ ਸੰਸਾਰ ਨੂੰ, ਕੁੱਲ ਸਿੱਖ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ।